ਸਤਿ ਸ਼੍ਰੀ ਅਕਾਲ ਜੀ ਮੈਂ ਰਾਹੁਲ ਗੁਪਤਾ ਮੈਂਬਰ ਪੰਜਾਬ ਸਟੇਟ ਕੋਵਿਡ ਕੰਟਰੋਲ ਰੂਮ ਅੱਜ ਤੁਹਾਡੇ ਨਾਲ ਕੋਵਿਡ 19 ਸੰਬੰਧੀ ਸੂਚਨਾ ਸਾਂਝੀ ਕਰਨ ਦਾ 63ਵਾਂ ਦਿਨ ਹੈ ਵਿਸ਼ਵ ਦੇ ਕੋਵਿਡ 19 ਦੇ ਅੰਕੜੇ ਇਸ ਪ੍ਰਕਾਰ ਹਨ ਸੰਕ੍ਰਮਿਤ ਹੋਏ 54,28,000 ਠੀਕ ਹੋਏ 22,60,000 ਮ੍ਰਿਤਕ 3,44,000 ਭਾਰਤ ਦੇ ਕੋਵਿਡ 19 ਦੇ ਅੰਕੜੇ ਸੰਕ੍ਰਮਿਤ ਹੋਏ 1,33,000 ਠੀਕ ਹੋਏ 55,000 ਮ੍ਰਿਤਕ 3,900 ਪੰਜਾਬ ਦੇ ਕੋਵਿਡ ਦੇ ਅੰਕੜੇ ਕੁੱਲ ਪੋਜ਼ਿਟਿਵ 2,060 ਜੋ ਕਿ ਕੱਲ੍ਹ ਨਾਲੋਂ ਕੇਵਲ 15 ਵੱਧ ਹਨ ਠੀਕ ਹੋਏ 1,898 ਕੁੱਲ ਮੌਤਾਂ 40 ਐਕਟਿਵ ਕੇਸਿਸ 122 ਯਾਨੀ 122 ਰਿਕਵਰੀ ਰੇਟ 92% ਸਿਰਫ ਇੱਕ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹੈ ਜਨਤਕ ਸੇਵਾਵਾਂ ਲਈ ਪੰਜਾਬ ਵਿੱਚ ਸੇਵਾ ਕੇਂਦਰ ਦੁਬਾਰਾ ਚਾਲੂ ਕਰ ਦਿੱਤੇ ਗਏ ਹਨ ਇਹ ਸੇਵਾ ਕੇਂਦਰ ਸਰਕਾਰੀ ਛੁੱਟੀਆਂ ਤੋਂ ਇਲਾਵਾ ਰੋਜ਼ਾਨਾ ਖੁੱਲ੍ਹਣਗੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਹੋਵੇਗਾ ਜਨਤਾ ਨੂੰ ਪਹਿਲਾਂ ਅਪੁਆਇੰਟਮੈਂਟ ਲੈਣ ਦੀ ਕੋਈ ਲੋੜ ਨਹੀਂ ਹੋਏਗੀ ਜੇ ਕੋਈ ਵੀ ਵਿਅਕਤੀ ਦੇਸ਼ ਦੇ ਕਿਸੇ ਵੀ ਕੋਨੇ ਤੋਂ ਪੰਜਾਬ ਵਿੱਚ ਆਉਂਦਾ ਹੈ ਤਾਂ ਉਸ ਦੀ ਸਕਰੀਨਿੰਗ ਬਾਰਡਰ ਐਂਟਰੀ ਪੁਆਇੰਟਸ 'ਤੇ ਏਅਰਪੋਰਟਸ 'ਤੇ ਰੇਲਵੇ ਸਟੇਸ਼ਨਸ 'ਤੇ ਕੀਤੀ ਜਾਵੇਗੀ ਇਹਨਾਂ ਵਿੱਚੋਂ ਪੋਜ਼ਿਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਆਈਸੋਲੇਸ਼ਨ ਫੈਸਿਲਿਟੀ ਵਿੱਚ ਰੱਖਿਆ ਜਾਵੇਗਾ ਨੈਗੇਟਿਵ ਪਾਏ ਜਾਣ ਵਾਲੇ ਜਾਂ ਅਸਿੰਪਟੋਮੈਟਿਕ ਜੋ ਵਿਅਕਤੀ ਹੋਣਗੇ ਉਹਨਾਂ ਨੂੰ 14 ਦਿਨ ਲਈ ਜ਼ਰੂਰਨ ਹੋਮ ਕੁਆਰੰਟਾਈਨ ਵਿੱਚ ਰਹਿਣਾ ਪਵੇਗਾ ਅੰਮ੍ਰਿਤਸਰ ਵਿੱਚ ਅਜਨਾਲਾ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਸਥਾਪਿਤ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੁਣ ਰਾਜ ਵਿੱਚ ਕੁੱਲ 35 ਡੇਂਗੂ ਅਤੇ ਚਿਕਨਗੁਨੀਆ ਟੈਸਟਿੰਗ ਲੈਬਸ ਹੋ ਗਈਆਂ ਹਨ ਜਿੱਥੇ ਫ੍ਰੀ ਟੈਸਟਿੰਗ ਕੀਤੀ ਜਾਂਦੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਕੋਵਿਡ 19 ਦੇ ਨਾਲ ਨਾਲ ਡੇਂਗੂ ਮਲੇਰੀਆ ਅਤੇ ਮੱਛਰਾਂ ਤੋਂ ਹੋਰ ਫੈਲਣ ਵਾਲੀਆਂ ਬਿਮਾਰੀਆਂ ਦੀ ਤੇਜ਼ੀ ਨਾਲ ਟੈਸਟਿੰਗ ਅਤੇ ਮੈਨੇਜਮੈਂਟ ਸ਼ੁਰੂ ਕਰ ਦਿੱਤੀ ਗਈ ਹੈ ਡੇਂਗੂ ਦਾ ਟ੍ਰਾਂਸਮਿਸ਼ਨ ਸੀਜ਼ਨ ਸ਼ੁਰੂ ਹੋ ਗਿਆ ਹੈ ਇਸ ਲਈ ਹਰ ਹਫ਼ਤੇ ਇੱਕ ਵਾਰ ਪਾਣੀ ਦੀਆਂ ਚੀਜ਼ਾਂ ਜਿਵੇਂ ਕਿ ਕੂਲਰ ਫੁੱਲਦਾਨ ਆਦਿ ਦੀ ਸਫਾਈ ਕਰਨੀ ਜ਼ਰੂਰੀ ਹੈ ਇਹ ਮੱਛਰਾਂ ਦੀ ਪੈਦਾਵਾਰ ਨੂੰ ਖਤਮ ਕਰਨ ਲਈ ਬਹੁਤ ਹੀ ਜ਼ਰੂਰੀ ਹੈ ਭਾਰਤ ਵਿੱਚ ਮੁੱਢਲੇ ਤੌਰ 'ਤੇ ਕੋਰੋਨਾ ਦੇ ਖਿਲਾਫ ਡਟੇ ਹੋਏ ਵਰਕਰਸ ਜਿਵੇਂ ਕਿ ਮੈਡੀਕਲ ਸਟਾਫ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਕੋਵਿਡ 19 'ਤੇ ਕਾਬੂ ਪਾਉਣ ਲਈ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਪੋਜ਼ਿਟਿਵ ਕੇਸਾਂ ਦੀ ਗਿਣਤੀ ਜੇ ਵੱਧਦੀ ਹੈ ਤਾਂ ਵਰਕਫੋਰਸ ਦੀ ਵਧਾਉਣ ਦੀ ਲੋੜ ਪਏਗੀ ਇਸ ਵਰਕਫੋਰਸ ਵਿੱਚ ਸਰਕਾਰੀ ਮੁਲਾਜ਼ਮ NCC ਸਿਵਲ ਡਿਫੈਂਸ NGO ਦੇ ਨਾਲ ਨਾਲ ਹੋਰ ਕੋਈ ਵੀ ਪ੍ਰਾਈਵੇਟ ਤੌਰ 'ਤੇ ਵਾਲੰਟੀਅਰ ਹੋ ਸਕਦਾ ਹੈ ਅਤੇ ਇਹਨਾਂ ਨੂੰ ਟ੍ਰੇਨਿੰਗ ਦੇਣ ਲਈ ਸਰਕਾਰ ਨੇ ਆਨਲਾਈਨ ਫਲੈਕਸੀ ਟਾਈਮ ਸਵੈ ਸਿੱਖਿਆ ਟ੍ਰੇਨਿੰਗ ਮੋਡਿਊਲ ਸਟਾਰਟ ਕੀਤਾ ਹੈ ਜਿਸ ਦਾ ਲਿੰਕ ਹੈ igot.gov.in ਇਸ ਲਈ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਨਲਾਈਨ ਟ੍ਰੇਨਿੰਗ ਜ਼ਰੂਰ ਲੈਣ ਤਾਂ ਜੋ ਲੋੜ ਪੈਣ 'ਤੇ ਉਹ ਫਰੰਟਲਾਈਨ 'ਤੇ ਲੜ ਰਹੀ ਕੋਵਿਡ 19 ਟੀਮ ਦਾ ਐਕਟਿਵ ਮੈਂਬਰ ਬਣ ਸਕਣ ਪੰਜਾਬ ਕੋਵਿਡ 19 ਮਹਾਂਮਾਰੀ ਦੀ ਮੁਸ਼ਕਿਲ ਤੋਂ ਤੇਜ਼ੀ ਨਾਲ ਬਾਹਰ ਆ ਰਿਹਾ ਹੈ ਪਰ ਜੋਖਮ ਹਲੇ ਵੀ ਬਰਕਰਾਰ ਹੈ ਜ਼ਿਆਦਾ ਤੋਂ ਜ਼ਿਆਦਾ ਘਰ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਿਆ ਜਾਵੇ ਦੂਸਰਿਆਂ ਤੋਂ 5-6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਖੰਘ ਅਤੇ ਛਿੱਕ ਸਮੇਂ ਰੁਮਾਲ ਜਾਂ ਕੋਹਨੀ ਦਾ ਇਸਤੇਮਾਲ ਕੀਤਾ ਜਾਵੇ ਅਤੇ ਬਿਨਾਂ ਹੱਥ ਧੋਏ ਆਪਣੇ ਮੂੰਹ ਦੇ ਕਿਸੇ ਵੀ ਹਿੱਸੇ ਨੂੰ ਛੂਇਆ ਨਾ ਜਾਵੇ ਜੇ ਕੋਈ ਮਾਸਕ ਨਹੀਂ ਪਾਏਗਾ ਤਾਂ ਉਸਨੂੰ 200 ਰੁਪਏ ਦਾ ਜੁਰਮਾਨਾ ਹੋਏਗਾ ਜੇ ਕੋਈ ਵੀ ਆਦਮੀ ਜਨਤਕ ਥਾਂ 'ਤੇ ਥੁੱਕਦਾ ਹੋਇਆ ਪਾਇਆ ਗਿਆ ਤਾਂ ਉਸਨੂੰ 100 ਰੁਪਏ ਦਾ ਜੁਰਮਾਨਾ ਹੋਏਗਾ ਅਤੇ ਔਰ ਹੋਮ ਕੁਆਰੰਟਾਈਨ ਦੇ ਨਿਯਮਾਂ ਦੀ ਜੋ ਉਲੰਘਣਾ ਕਰੇਗਾ ਉਸਨੂੰ 500 ਰੁਪਏ ਦਾ ਜੁਰਮਾਨਾ ਹੋਵੇਗਾ ਅੱਜ ਇੰਨਾ ਹੀ ਧੰਨਵਾਦ